ਸਾਰਾ ਕੁਛ ਖੋਲ ਦੇਂਗੇ ਇਹਦੀ ਕਰੰਕ ਕਰੂੰਕ ਹੈ ਬਾਈ ਕਹਿੰਦਾ ਕਰੰਕ ਸਾਰਾ ਕੁਛ ਖੋਲ ਦੇਣਾ ਇਹਨਾਂ ਨੇ ਆਹ ਗੇਅਰ ਬਾਕਸ ਪਤਾ ਨਹੀਂ ਕੀ ਹੁੰਦਾ ਨਾ ਆਰਮੀ ਡੋਲ ਹੋ ਗਈ ਉਹ ਲੱਗੀ ਅਤੇ ਆਹ ਵੇਖੋ ਨਵੀਂ ਤੋਂ ਨਵੀਂ ਗੱਡੀ ਜਿਹੜੀ ਵੀ ਆਉਂਦੀ ਐਕਸੀਡੈਂਟ 'ਚ ਟਾਇਰ ਹੋ ਗਏ ਆਹ ਮੇਨ ਜਿਹਨਾਂ ਨੂੰ ਕਿਸੇ ਨੂੰ ਚਾਹੀਦਾ ਨਾ ਨੋਰਮਲ ਥੋੜ੍ਹਾ ਬਹੁਤਾ ਸਮਾਨ ਜਿਵੇਂ ਕਈ ਵਾਰੀ ਨਹੀਂ ਮਿਲਦਾ ਗੱਡੀ ਦਾ ਸਪੇਅਰ ਪਾਰਟ ਉਹ ਇੱਥੋਂ ਮਿਲ ਜਾਂਦਾ ਕਿਉਂ ਮਿਲਦਾ ਕਿਉਂਕਿ ਇੱਥੇ ਹਰੇਕ ਤਰ੍ਹਾਂ ਦੀ ਗੱਡੀ ਆਉਂਦੀ ਇੱਥੇ ਹਰ ਇੱਕ ਤਰ੍ਹਾਂ ਦੀ ਕਿਉਂਕਿ ਇੱਥੇ ਤੋੜ ਭੰਨ ਕਰਦੇ ਗੱਡੀਆਂ ਦੀ ਠੀਕ ਹੈ ਸਾਰਿਆਂ ਦਾ ਸਵਾਗਤ ਹੈ ਜੀ ਯੂਟਿਊਬ ਚੈਨਲ 'ਤੇ ਫੇਸਬੁੱਕ ਪੇਜ 'ਤੇ ਅਤੇ ਅੱਜ ਆਪਾਂ ਖੜ੍ਹੇ ਹਾਂ ਫਤਿਹਾਬਾਦ ਕਾਰਾਂ ਦਾ ਕਬਾੜ ਆ ਜੀ ਸਾਰਾ ਹੀ ਸਪੇਅਰ ਪਾਰਟ ਮਿਲ ਜਾਂਦਾ ਸੈਕਿੰਡ ਹੈਂਡ ਪਹਿਲਾਂ ਤੁਸੀਂ ਕਰ ਲਓ ਨੰਬਰ ਨੋਟ 95-182-50-143 ਗੁਰੂ ਨਾਨਕ ਠੀਕ ਹੈ ਜਿਹੜੀ ਦੁਕਾਨ ਆ ਸਾਹਮਣੇ ਆਪਣੇ ਅਤੇ ਹੁਣ ਤੁਹਾਨੂੰ ਦਿਖਾਉਣਾ ਸਪੇਅਰ ਪਾਰਟ ਕੀ ਮਿਲੇਗਾ ਕਿਹੋ ਜਿਹੀ ਕੰਡੀਸ਼ਨ ਆ ਬਾਕੀ ਸੈਕਿੰਡ ਹੈਂਡ ਸਾਰਾ ਹੀ ਮਿਲ ਜਾਂਦਾ ਜਿੰਨਾ ਮਿਲਦਾ ਅਤੇ ਲਗਭਗ ਸਾਰਾ ਹੀ ਮਿਲ ਜਾਏਗਾ ਤੁਹਾਨੂੰ ਅਤੇ ਇੱਕ ਇਹ ਆ ਜਿਹੜੀ ਪਿਛਲੀ ਵੀਡੀਓ ਆਪਾਂ ਪਾਈ ਸੀ ਹੈ ਨਾ ਪਰਲੇ ਬੰਨੇ ਪਾਈ ਸੀ ਉਦੋਂ ਮੰਨ ਲਓ ਸਮਾਨ ਦੂਜਾ ਸੈਕਿੰਡ ਹੈਂਡ ਸਾਰਾ ਮਿਲਦਾ ਸੀ ਨਾ ਅਤੇ ਬਾਈ ਫੋਨ ਜ਼ਿਆਦਾ ਆਉਣ ਕਰਕੇ ਬਾਈ ਮੈਨੂੰ ਕਹਿੰਦਾ ਵੀਡੀਓ ਡਿਲੀਟ ਕਰ ਦਿਓ ਠੀਕ ਹੈ ਅਤੇ ਵੀਡੀਓ ਆਪਾਂ ਡਿਲੀਟ ਵੀ ਕਰ ਦਾਂਗੇ ਚਲੋ ਬਾਕੀ ਜਿਹੜੇ ਫੋਨ ਹੈ ਨਾ ਨਜਾਇਜ਼ ਨਾ ਲਾਇਆ ਕਰੋ ਜਿੰਨੇ ਚੀਜ਼ ਲੈਣੀ ਹੁੰਦੀ ਉਹੀ ਹੀ ਲਾਇਆ ਕਰੋ ਰੇਟ ਪੁੱਛੋ ਜੇ ਲੈਣੀ ਹੈ ਚੀਜ਼ ਅਤੇ ਹੁਣ ਤੁਹਾਨੂੰ ਵਿਖਾਉਣੇ ਕੀ ਚੀਜ਼ਾਂ ਨੇ ਅਤੇ ਸਾਰਿਆਂ ਨਾਲੋਂ ਪਹਿਲਾਂ ਗੱਡੀ ਦੀਆਂ ਬਾਰੀਆਂ ਅਤੇ ਅਗਲੇ ਜਿਹੜੇ ਫਰੰਟ ਆਉਂਦੇ ਨੇ ਆਪਾਂ ਬਾਹਰ ਨਹੀਂ ਜਾਣਦੇ ਗੱਡੀ ਦਾ ਸਪੇਅਰ ਪਾਰਟ ਹੈ ਨਾ ਕਿਵੇਂ ਕੀ ਚੀਜ਼ ਹੁੰਦੀ ਆ ਫਰੰਟ ਜਿਹੜੀ ਲੱਗਦੀ ਹੈ ਨਾ ਜਾਲੀ ਵਗੈਰਾ ਕਹਿ ਸਕਦੇ ਹਾਂ ਉਹ ਮਿਲ ਜਾਏਗੀ ਸੈਕਿੰਡ ਹੈਂਡ ਜਿਹੜਾ ਫਰੰਟ 'ਤੇ ਹੁੰਦਾ ਆਪਣਾ ਸ਼ਟਰ ਜਿਹਾ ਹੁੰਦਾ ਉਹ ਮਿਲ ਜਾਏਗਾ ਠੀਕ ਹੈ ਇੰਜਨ ਵੀ ਮਿਲ ਜਾਂਦੇ ਨੇ ਬਾਕੀ ਬਾਰੀਆਂ ਸਾਰੀਆਂ ਰੈਡੀਏਟਰ ਹੋ ਗਏ A to Z ਸਪੇਅਰ ਪਾਰਟ ਸਾਰਾ ਹੀ ਮਿਲਦਾ ਬਾਕੀ ਮੈਂ ਤੁਹਾਨੂੰ ਵਿਖਾਉਂਦਾ ਜਾਂਦਾ ਜਿਵੇਂ ਜਿਵੇਂ ਹੈ ਨਾ ਵੀਡੀਓ 'ਚ ਵੇਖਦੇ ਜਾਏ ਕੋਈ ਚੀਜ਼ ਪਹਿਲਾਂ ਵੀਡੀਓ ਪੂਰੀ ਦੇਖ ਲਿਆ ਕਰੋ ਲਾਈਟਾਂ ਵਗੈਰਾ ਵੀ ਮਿਲ ਜਾਣਗੀਆਂ ਪਹਿਲਾਂ ਵੀਡੀਓ ਪੂਰੀ ਦੇਖਿਆ ਜੀ ਫਿਰ ਤੁਸੀਂ ਫੋਨ ਕਰਿਆ ਕਰੋ ਜੇ ਤੁਸੀਂ ਵੀਡੀਓ ਨਹੀਂ ਪੂਰੀ ਦੇਖੀ ਚੀਜ਼ ਅਗਲੇ ਨੂੰ ਪੁੱਛ ਲੈਂਦੇ ਜੀ ਫੋਨ ਲਾ ਕੇ ਕੋਈ ਦਿੱਕਤ ਨਹੀਂ ਪਰ ਜਿਹੜੀ ਚੀਜ਼ ਵੀਡੀਓ 'ਚ ਦੇਖੋਗੇ ਉਹੀ ਹੀ ਪੁੱਛਿਆ ਕਰੋ ਨਜਾਇਜ਼ ਨਾ ਪੁੱਛਿਆ ਕਰੋ ਫਿਰ ਅਗਲਾ ਨੰਬਰ ਨਹੀਂ ਦਿੰਦਾ ਠੀਕ ਹੈ ਆਹ ਚੀਜ਼ਾਂ ਸਾਰੀਆਂ ਤੁਹਾਨੂੰ ਪਤਾ ਹੋਏਗਾ ਜਿੰਨੇ ਗੱਡੀ ਦਾ ਸਮਾਨ ਲੈਣਾ ਜਾਂ ਸਪੇਅਰ ਪਾਰਟ ਲੈਣਾ ਉਹਨੂੰ ਪਤਾ ਹੋਏਗਾ ਆਹ ਬੈਕ ਸਾਈਡ ਜਿਹੜੀ ਡਿੱਗੀ 'ਚ ਕਹਿੰਦੀ ਹੈ ਸਵਿਫਟ ਗੱਡੀ ਦੀ ਮਰੂਤੀ ਸੰਜੁਕੀ ਠੀਕ ਹੈ ਐਕਸੀਡੈਂਟ ਹੋਏ ਆਉਂਦੇ ਨੇ ਕੋਈ ਇੱਥੇ ਚੋਰੀ ਦਾ ਕੁਛ ਨਹੀਂ ਹੈਗਾ ਗਾ ਠੀਕ ਹੈ ਵੀਲ ਵਗੈਰਾ ਰੈਡੀਏਟਰ ਆ ਗਏ ਸਾਰੇ ਹੀ ਦੇਖ ਸਕਦੇ ਤੁਹਾਡੇ ਸਾਹਮਣੇ ਰੈਡੀਏਟਰ ਜਿੰਨੇ ਵੀ ਪਏ ਨੇ 1, 2, 3, 4 ਬਹੁਤ ਪਏ ਨੇ ਅਤੇ ਸਾਰਾ ਇਸੇ ਹਿਸਾਬ 'ਤੇ ਪਿਆ ਠੀਕ ਹੈ ਅਤੇ ਆਹ ਗੁਰੂ ਨਾਨਕ ਦੇ ਦੁਕਾਨ ਹੈ ਅਤੇ ਇੱਧਰ ਆਪਣੇ ਸਾਰਾ ਇੱਧਰ ਵਿਖਾਉਣੇ ਹੁਣ ਤੁਹਾਨੂੰ ਵੀ ਸੀਟਾਂ ਵੀ ਮਿਲ ਜਾਣਗੀਆਂ ਗੱਡੀ ਦੀਆਂ A to Z ਸਾਰਾ ਸਪੇਅਰ ਪਾਰਟ ਮਿਲਦਾ ਗੱਡੀ ਦਾ ਅਤੇ ਥੱਲੇ ਚੱਲਦੇ ਹਾਂ ਆਪਾਂ ਵੀ ਥੱਲੇ ਕਿਹੜੀਆਂ ਕਿਹੜੀਆਂ ਗੱਡੀਆਂ ਆਈਆਂ ਮਾੜੀਆਂ ਦੱਸਦੇ ਹਾਂ ਤੁਹਾਨੂੰ ਹਾਂ ਜੇ ਕੋਈ ਸਪੇਅਰ ਪਾਰਟ ਖੋਲ੍ਹਣਾ ਉਹ ਵੀ ਖੋਲ੍ਹ ਕੇ ਉਹਦਾ ਰੇਟ ਮੁੱਕ ਕੇ ਤੁਸੀਂ ਲਿਜਾ ਸਕਦੇ ਜਿਵੇਂ ਜਿਵੇਂ ਟਰਬੋ ਹੋ ਗਈ ਜਾਂ ਕੋਈ ਇੰਜਨ ਦਾ ਹੋਰ ਸਪੇਅਰ ਪਾਰਟ ਲਿਜਾਣਾ ਜਾਂ ਗੀਅਰ ਵਗੈਰਾ ਲਿਜਾਣਾ ਨਾ ਉਹ ਰੇਟ ਮੁੱਕ ਕੇ ਜਾਂਦਾ ਠੀਕ ਹੈ ਰੇਟ ਮੁੱਕੀਂਦਾ ਜਾਂ ਫਰੰਟ ਐਕਸਲ ਹੋ ਗਿਆ ਗੱਡੀ ਦਾ ਆਹ ਸੀਟਾਂ ਪਈਆਂ ਜਿਵੇਂ ਸੀਟਾਂ ਸਾਰਿਆਂ ਕੋਲ ਹਜੇ 2 ਦਿਨ ਪਹਿਲਾਂ ਚੁਕਾ ਤਾ ਬਾਈ ਕਹਿੰਦਾ ਸਾਰਾ ਕੁਛ ਪਿਆ A to Z ਵਿਖਾਉਂਦੇ ਜਾਂਦੇ ਆਪਾਂ ਤੁਹਾਨੂੰ ਇੱਧਰ ਆ ਗਏ ਫਰੰਟ ਐਕਸਲ ਆ ਗਏ ਗੱਡੀ ਦੇ ਨਵੀਂ ਤੋਂ ਨਵੀਂ ਗੱਡੀ ਮੈਟ ਨਿਕਲੇ ਆ ਠੀਕ ਹੈ ਵਿੱਚੋਂ ਆ ਕੱਢੀ ਜਾਂਦੇ ਨੇ ਹਜੇ ਡੈਸ਼ਬੋਰਡ ਹੋ ਗਿਆ ਡੈੱਕ ਹੋ ਗਿਆ ਸੌ ਕੁਛ ਆ ਗੱਡੀ ਦੀ ਜਿਨ੍ਹਾਂ ਨੇ ਸੀਟ ਲਾਉਣੀ ਰਾਈਡਰ 'ਤੇ ਗੱਡੀ ਦੀ ਲੱਗ ਜਾਂਦੀ ਹੈ ਨਾ ਜਿੰਨੇ ਦੂਜੀ ਮੇਰੇ ਹਿਸਾਬ 'ਤੇ 5,000 ਦੀ ਮਿਲਦੀ ਹੈ ਨਾ ਅਤੇ ਅੱਛਾ ਇੱਕ ਮਿੰਟ ਜਿਵੇਂ ਕਿ ਆ I20 ਦਾ ਪਿਆ ਸਾਰਿਆਂ ਨਾਲੋਂ ਬੈਕ ਸਾਈਡ ਹੈ ਨਾ ਕਲੀਅਰ ਪਈ ਆ ਪੂਰੀ I20 ਦੀ ਹੰਡਿਆਈ ਠੀਕ ਹੈ ਜਿਨ੍ਹਾਂ ਨੂੰ ਆ ਸੀਸਾ ਚਾਹੀਦਾ ਨਾ ਸਾਫ਼ ਪਿਆ ਬਿਲਕੁਲ ਜਦੋਂ ਸਾਫ਼ ਹੋ ਜਾਏਗਾ ਜੇ ਕਿਸੇ ਨੂੰ ਬੈਕ ਸਾਈਡ ਚਾਹੀਦੀ ਉਹ ਲਾ ਕੇ ਲਿਜਾ ਸਕਦਾ ਜਿਵੇਂ ਮਰਜ਼ੀ ਲੈ ਜਾਓ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਦੇ ਆ ਜੀ ਵੱਧ ਤੋਂ ਵੱਧ ਅਤੇ ਮੈਂ ਹੁਣ ਥੱਲੇ ਲੈ ਜਾਂਦਾ ਦੁਬਾਰਾ ਮਾੜਾ ਜਿਹਾ ਕੰਮ ਸੀ ਇੱਧਰ ਮੋਟਰਸਾਈਕਲ ਸਾਈਡ 'ਤੇ ਲਾਉਣਾ ਸੀ ਠੀਕ ਹੈ ਅਤੇ ਚੱਲਦੇ ਹਾਂ ਥੱਲੇ ਆਪਾਂ ਅਤੇ ਵਿਖਾਉਣੇ ਤੋਂ ਬਾਅਦ ਤੋਂ ਥੋੜ੍ਹਾ ਜਿਹਾ ਸਮਾਨ ਕਾਫੀ ਆ ਥੱਲੇ ਵਿਖਾਈ ਜਾਂਦੇ ਸੀਟਾਂ ਵਗੈਰਾ ਮੇਨ ਨੇ ਕਿਉਂਕਿ ਸੀਟ ਬਾਰੀਆਂ ਹੁੰਦੀਆਂ ਸੀਟਾਂ ਹੁੰਦੀਆਂ ਨੇ ਅਤੇ ਆਹ ਵੇਖੋ
ਇੰਜਣ ਕੱਢਿਆ ਪਿਆ ਹੈ ਨਾ। ਇਹ ਬਾਈ ਕਹਿੰਦਾ ਕੀ ਕਰੇਗਾ ਹੁਣ, ਸਾਰਾ ਕੁਛ ਖੋਲ ਦੇਂਗੇ ਇਹਦੀ ਕਰੰਕ ਕਰੂੰਕ ਹੈ। ਬਾਈ ਕਹਿੰਦਾ ਕਰੰਕ ਸਾਰਾ ਕੁਛ ਖੋਲ ਦੇਣਾ ਇਹਨਾਂ ਨੇ, ਆਹ ਗੇਅਰ ਬਾਕਸ ਪਤਾ ਨਹੀਂ ਕੀ ਕੀ ਹੁੰਦਾ ਨਾ, ਆਰਮੀ ਡੋਲ ਹੋ ਗਈ ਉਹ ਲੱਗੀ, ਅਤੇ ਆਹ ਵੇਖੋ ਨਵੀਂ ਤੋਂ ਨਵੀਂ ਗੱਡੀ ਜਿਹੜੀ ਵੀ ਆਉਂਦੀ ਐਕਸੀਡੈਂਟ 'ਚ, ਟਾਇਰ ਹੋ ਗਏ ਆ ਮੇਨ, ਜਿਹਨਾਂ ਨੂੰ ਕਿਸੇ ਨੂੰ ਚਾਹੀਦਾ ਨਾ ਨੋਰਮਲ ਥੋੜ੍ਹਾ ਬਹੁਤਾ ਸਮਾਨ, ਜਿਵੇਂ ਕਈ ਵਾਰੀ ਨਹੀਂ ਮਿਲਦਾ ਗੱਡੀ ਦਾ ਸਪੇਅਰ ਪਾਰਟ, ਉਹ ਇੱਥੋਂ ਮਿਲ ਜਾਂਦਾ। ਕਿਉਂ ਮਿਲਦਾ? ਕਿਉਂਕਿ ਇੱਥੇ ਹਰੇਕ ਤਰ੍ਹਾਂ ਦੀ ਗੱਡੀ ਆਉਂਦੀ ਹੈ, ਇੱਥੇ ਹਰ ਇੱਕ ਤਰ੍ਹਾਂ ਦੀ, ਕਿਉਂਕਿ ਇੱਥੇ ਤੋੜ ਭੰਨ ਕਰਦੇ ਗੱਡੀਆਂ ਦੀ, ਠੀਕ ਹੈ। ਜਿੰਨੀ ਮਰਜ਼ੀ ਗੱਡੀ ਦਾ ਸਪੇਅਰ ਪਾਰਟ ਵੇਖ ਲਓ, ਸਾਰਾ ਹੀ ਪਿਆ। ਅਜੇ ਕੱਲ੍ਹ ਕਹਿੰਦੇ ਬਈ, ਕਹਿੰਦੇ ਚੁਕਾ ਤਾ, ਅਜੇ ਤੂੰ ਕੱਲ੍ਹ ਆ ਜਾਂਦਾ ਨਾ, ਬੜਾ ਸਮਾਨ ਪਿਆ ਸੀ। ਕਹਿੰਦੇ ਕੱਲ੍ਹ ਚੁਕਾਇਆ, ਹਜੇ ਇੱਕ ਦਿਨ ਹੋਇਆ, ਵੀਲ ਵਗੈਰਾ ਜਿਵੇਂ ਮਰਜ਼ੀ ਚੱਕੋ, ਹਜੇ ਬਾਈਆਂ ਕੋਲ ਅੰਦਰ ਪਿਆ। ਚਲੋ ਆਪਾਂ ਉਹ ਨਹੀਂ ਦਿਖਾਉਂਦੇ, ਪਰ ਇੱਧਰ ਸਾਰਾ ਵਿਖਾਤਾ, ਜਿੰਨਾ ਮਰਜ਼ੀ ਸੈਕਿੰਡ ਹੈਂਡ ਸਮਾਨ ਚੱਕਣਾ ਤੁਸੀਂ ਚੱਕ ਸਕਦੇ ਜੇ। ਆਹ ਵੇਖੋ ਆਹ ਨਵੀਂ ਗੱਡੀ ਆ, ਲਾਲ ਹਰਿਆਣਾ ਨੰਬਰ ਹੈ, ਠੀਕ ਹੈ। ਆਹ ਦੇਖੋ ਜਮਾਂ ਸਾਫ਼ ਕੰਡੀਸ਼ਨ ਹੈ, ਜਿਸ ਤੱਕ ਮੈਨੂੰ ਲੱਗਦਾ ਵੀ, ਚਲੋ ਚੱਲਣ ਯੋਗ ਤਾਂ ਨਹੀਂ ਮੈਨੂੰ ਲੱਗਦਾ, ਪਰ ਜਿਵੇਂ ਗੱਡੀ ਦੀਆਂ ਲਾਈਟਾਂ ਹੋਣਗੀਆਂ, ਟਿਊਬਲਾਈਟਾਂ ਹੋਣਗੀਆਂ ਹੈ ਨਾ, ਗੱਡੀ ਦਾ ਹੋਰ ਸਪੇਅਰ ਪਾਰਟ ਹੋ ਗਿਆ, ਜਿਵੇਂ ਉਹ ਕੁਛ ਵੀ ਲਿਜਾ ਸਕਦੇ। ਬਾਹਲੀ ਮੈਨੂੰ ਜਾਣਕਾਰੀ ਨਹੀਂ ਹੈਗੀ, ਜੇ ਕਿਸੇ ਵੀਰ ਨੇ ਆਪਦੇ ਅੰਧੇ ਭਗਤ ਨੇ ਕਮੈਂਟ ਕਰਨੇ, ਉਹ ਕਰੀ ਜਾਵੇ। ਸੀਟ ਬੈਲਟਾਂ ਹੋਣਗੀਆਂ, ਜਿਵੇਂ ਵਿੱਚ ਗੱਡੀ ਦੇ ਵਿਖਾਈਏ, ਵੇਖ ਸਕਦੇ ਵੀਲ ਵਗੈਰਾ ਨਾ। ਮੈਨੂੰ ਜਿੰਨੀ ਕੁ ਨੌਲੇਜ ਆ ਗੱਡੀ ਬਾਰੇ, ਆਪਾਂ ਨੂੰ ਬਾਹਲੀ ਹੈ ਨਹੀਂ ਗੀ ਵੈਸੇ ਆਖੀਏ, ਅਤੇ ਦੇਖ ਸਕਦੇ ਜੀ ਹੈ ਨਾ, ਵੀ ਜੇ ਕਿਸੇ ਨੂੰ ਚਾਹੀਦੀ ਆ ਲਿਜਾ ਸਕਦੇ ਜੇ। ਦੇਖੋ ਤੁਹਾਡੇ ਸਾਹਮਣੇ ਆ ਪੁੱਠੀ ਕਰੀ ਪਈ ਆ, ਅਤੇ ਜੇ ਕਿਸੇ ਨੇ ਲਿਜਾਣਾ ਹੈ ਨਾ ਆਲਟੋ ਦਾ ਸਮਾਨ, ਉਹ ਸਾਰਾ ਸਪੇਅਰ ਪਾਰਟ ਹੈ ਨਾ ਜਿੰਨਾ, ਉਹ ਮਿਲ ਜਾਏਗਾ ਤੁਹਾਨੂੰ ਇੱਥੋਂ ਸੈਂਕਿੰਡ ਹੈਂਡ। ਅਤੇ ਇਹ ਨਹੀਂ ਗਾ ਵੀ ਕਵਾੜ 'ਚ ਤੋਲ ਕੇ ਦੇ ਦੇਣਗੇ ਤੁਹਾਨੂੰ, ਠੀਕ ਆ। ਉਹ ਚੀਜ਼ ਦੀ ਕੰਡੀਸ਼ਨ ਦੇਖ ਕੇ ਆ ਵੀ ਕੀ ਪ੍ਰਾਈਸ ਲੱਗਣਾ, ਠੀਕ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ, ਫੋਲੋ ਕਰਿਆ ਜੇ ਪੇਜ ਨੂੰ, ਨੰਬਰ ਮੈਂ ਤੁਹਾਨੂੰ ਦੇ ਚੁੱਕਿਆ, ਦੁਬਾਰਾ ਫਿਰ ਇੱਕ ਵਾਰੀ ਨੋਟ ਕਰੋ। ਆਹ ਗੱਡੀ ਤੁਹਾਨੂੰ ਵਿਖਾਉਣੀ ਆ ਹੋਰ ਇੱਕ, ਅਤੇ ਫੋਕਸ ਨਹੀਂ ਬਣ ਰਿਹਾ, ਇੱਕ ਮਿੰਟ ਮਾੜ ਆ ਜਾਣਾ। ਆ ਲਓ ਕਰ ਲਓ 95182 50 143, ਵੀਡੀਓ ਨੂੰ ਰੋਕ ਕੇ ਅਤੇ ਨੰਬਰ ਕਰ ਲਿਆ ਨੋਟ। ਵੀਰ ਉਹੀ ਪੁੱਛਣ ਜਿੰਨੇ ਸਮਾਨ ਲੈਣਾ, ਫਾਲਤੂ ਬੰਦਾ ਨਾ ਫੋਨ ਲਾਇਆ ਕਰੋ। ਅੱਗੇ ਪਿਛਲੇ ਬਾਈ ਨੇ ਕਿਹਾ ਯਾਰ ਮੈਂ ਮਰਗ 'ਚ ਸੀ, ਉਹਨਾਂ ਦੇ ਕੋਈ ਮਰਗ ਹੋ ਗਈ, ਇੱਧਰੋਂ ਫੋਨ 'ਤੇ ਫੋਨ ਜਾਈ ਜਾਂ ਹੈ। ਸੋਰੀ ਮੈਂ ਫੋਕਸ ਨਹੀਂ ਸੀ ਕੀਤਾ, ਇਹ ਨਵੀਂ ਤੋਂ ਨਵੀਂ ਚੀਜ਼ ਆਉਂਦੀ ਹੈ ਇੱਥੇ ਖੋਲ੍ਹਣ ਵਾਸਤੇ, ਸੌ ਕੁਛ ਪਿਆ ਹੈ ਇੱਥੇ, ਜਿਹਨੂੰ ਜਿਹਦੀ ਲੋੜ ਹੋਏਗੀ ਉਹਨੂੰ ਹੀ ਪਤਾ ਵੀ ਕੀ ਚੀਜ਼ ਦੀ ਲੋੜ ਹੈ ਨਾ। ਆਪਾਂ ਨੂੰ ਬਾਹਲੀ ਨੌਲੇਜ ਨਹੀਂ, ਆਹ ਇੰਜਨ ਕੱਢਿਆ ਪਿਆ, ਆਹ ਟੰਗਿਆ ਪਿਆ ਇੰਜਨ, ਆਹ ਕੱਢਿਆ ਪਿਆ ਇੰਜਨ, ਅਤੇ ਹੁਣ ਇਹਨੂੰ ਕਰਨਗੇ ਕੱਢ ਲੈਣਗੇ ਬਾਹਰ, ਅਤੇ ਚੈਨ ਕੁੱਪੀ ਨਾਲ ਕੱਢਿਆ ਪਿਆ ਬਸ। ਮੈਨੂੰ ਲੱਗਦਾ ਉਹ ਸਮਾਨ ਲਿਜਾਣ ਵਾਸਤੇ ਆ ਗਈ ਗੱਡੀ, ਆ ਜਿਵੇਂ ਹੁਣ ਆ ਨਵੀਂ ਗੱਡੀ ਹੈ ਨਾ, ਕੋਈ ਨਾ ਕੋਈ ਉਹ ਉੱਤੇ ਮੇਰੇ ਸਾਹਮਣੇ ਬਲੈਰੋ ਕਿਹੜੀ ਖੁੱਲੀ ਪਈ ਆ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ ਸਾਰਿਆਂ ਨੂੰ, ਅਤੇ ਆਹ ਵੇਖੋ ਆਹ ਟਰਬੋ, ਆਹ ਟਰਬੋ ਹੈ ਕਿ ਕੀ ਆ, ਟਰਬੋ ਹੀ ਆ ਮੈਨੂੰ ਲੱਗਦਾ, ਹਾਂ ਟਰਬੋ ਸਾਰੀ, ਆਹ ਛੋਟੀ ਟਰਬੋ ਸਾਰਿਆਂ ਨੂੰ, ਆਹ ਹੁੰਦੀ ਹੈ ਲਾਉਣੀ, ਕਿਸੇ ਨੇ ਲਾ ਸਕਦਾ। ਸਾਰਾ ਸਮਾਨ ਕੱਢੀ ਜਾਂਦਾ ਬਾਈ, ਖੋਲ੍ਹੀ ਜਾਂਦਾ ਹੁਣ, ਇਕੱਲਾ ਇਕੱਲਾ ਖੋਲ੍ਹ ਦੇ ਕਹਿੰਦਾ, ਇੰਜਨ ਤੋਂ ਲੈ ਕੇ ਕਰੰਕ ਤੱਕ ਕੱਢ ਦੇਗਾ। ਅਤੇ ਜੇ ਕਿਸੇ ਨੇ ਲਿਜਾਣਾ ਉਹ ਕਰ ਸਕਦੇ ਕੰਟੈਕਟ, ਠੀਕ ਆ। ਆਹ ਸ਼ਾਫਟ ਆ ਗਈ, ਗੇਅਰ ਗੇਅਰ ਆ ਗਿਆ ਮੇਨ, ਠੀਕ ਹੈ, ਜੇ ਕਿਸੇ ਨੂੰ ਚਾਹੀਦਾ ਗੇਅਰ। ਵਿੰਡ ਸਕਰੀਨ ਆ ਗਈ, ਬਾਰੀਆਂ ਆ ਗਈਆਂ, ਅਤੇ ਆ ਗਈਆਂ ਸੀਟਾਂ ਆ ਗਈਆਂ, ਠੀਕ ਹੈ ਗੱਡੀ ਦੀਆਂ। ਆਹ ਬਾਈ ਸਾਰਾ ਡੈਸ਼ਬੋਰਡ ਕੱਢੀ ਜਾਂਦਾ, ਇਹ ਬਾਈ ਸਾਰਾ ਕੱਢ ਦੇਗਾ ਡੈਸ਼ਬੋਰਡ, ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਛ ਲਾ ਲੈਣਾ, ਠੀਕ ਹੈ। ਇਕੱਲੀ ਇਕੱਲੀ ਚੀਜ਼ ਕੱਢੇਗਾ ਉਹਨੂੰ, ਅਤੇ ਸਪੇਅਰ ਪਾਰਟ ਸਾਂਭ ਦੇਗਾ, ਹੈ ਠੀਕ ਹੈ। ਅਤੇ ਜੇ ਕਿਸੇ ਨੇ ਲੈਣਾ ਕਾਲ ਕਰ ਸਕਦਾ, ਬਾਕੀ ਮੈਂ ਬਾਕੀ ਬਾਈ ਨੂੰ ਪੁੱਛਦਾ। ਆਹ ਵੇਖੋ ਆਹ ਕਾਰ ਨਾ ਕਿਸੇ ਨੇ ਟਰਬੋ ਦੀਆਂ ਦੋਨੇ ਸਾਈਡਾਂ ਖੋਲ੍ਹੀਆਂ ਨੇ ਮੇਨ, ਅਤੇ
ਕਿਸੇ ਨੂੰ ਕਈ ਵਾਰੀ ਉਹ ਚਾਹੀਦੀ ਹੁੰਦੀ ਨਾ, ਮੇਨ ਉਹਦੀ ਸ਼ਾਫਟ ਚਾਹੀਦੀ ਹੁੰਦੀ, ਉਹ ਲੈ ਗਿਆ। ਹਾਂ ਦੇਖੋ ਵਾਲ ਸਿਸਟਮ ਲੱਗਾ ਹੁੰਦਾ ਇਹਦੇ ਵੀ, ਹਾਈ ਹਾਈ ਬੂਸਟ ਦੇ ਆਟੋਮੈਟਿਕ ਖੁੱਲ੍ਹ ਜੇ, ਠੀਕ ਹੈ, ਆਟੋਮੈਟਿਕ ਖੁੱਲ੍ਹਦਾ। ਜ਼ਿਆਦਾ ਬੂਸਟ ਹੋਵੇ ਗੱਡੀ ਦੇ ਹੈਡ ਦੇ ਤਾਂ ਖੁੱਲ੍ਹ ਜਾਂਦਾ, ਠੀਕ ਹੈ। ਕਿਸੇ ਨੂੰ ਹੌਸ ਪੈਪ ਚਾਹੀਦੀ, ਉਹ ਪਰਲੀ ਸਾਈਡ, ਹਾਂ ਉਹ ਗੱਡੀ ਕਹਿ ਰਿਹਾ ਸੀ, ਬੈਕ ਸਾਈਡ ਲੱਗੀ। ਅਤੇ ਸ਼ੇਅਰ ਕਰਿਆ ਜੇ ਵੀਡੀਓ ਨੂੰ, ਉਹ ਲੱਗੀ, ਪਤਾ ਨਹੀਂ ਕਿਹੜੀ ਗੱਡੀ ਆ, ਮਾਡਲ ਵਗੈਰਾ ਆਪਾਂ ਨੂੰ ਜ਼ਿਆਦਾ ਨਹੀਂ ਪਤਾ ਗੱਡੀਆਂ ਦੇ। ਸਪੇਅਰ ਪਾਰਟ ਆਪਾਂ ਤੁਹਾਨੂੰ ਸਾਰਾ ਵਿਖਾਤਾ, ਬਾਈ ਨੂੰ ਕਾਲ ਜਦੋਂ ਮਰਜ਼ੀ ਕਰ ਲਿਆ ਜੇ, 10 ਤੋਂ ਲੈ ਕੇ 5 ਵਜੇ, ਠੀਕ ਹੈ। ਅਤੇ ਬਾਕੀ ਮੈਂ ਬਾਈ ਨਾਲ ਕਰਦਾ ਗੱਲਬਾਤ ਥੋੜ੍ਹੀ ਬਹੁਤੀ। ਧੰਨਵਾਦ।